6 ਕਿਲੋ ਦੇ ਕਰੀਬ ਹੋਊਗਾ। ਸੋ 11 ਤੋਂ 12 ਦੁੱਧ ਆਪਾਂ 10 ਤਾਂ ਕਹਿੰਦੇ ਹਾਂ ਕਿ ਕਈ ਵਾਰ ਕੀ ਹੁੰਦਾ, ਸੋ ਕਈ ਵਾਰ ਕੀ ਹੁੰਦਾ ਦੋਸਤੋ ਵੀ ਦੂਰ ਜਦੋਂ ਪਸ਼ੂ ਜਾਂਦਾ ਵਾ ਤਾਂ ਉਦੋਂ ਥੋੜ੍ਹੀ ਜਿਹੀ ਦਿੱਕਤ ਆ ਜਾਂਦੀ ਹੈ, ਕਈ ਵਾਰੀ ਦੁੱਧ ਘੱਟ ਜਾਂਦਾ। ਸੋ ਆਹ ਤੁਸੀਂ ਦੇਖ ਸਕਦੇ ਆ ਵੱਡੀ ਬਾਲਟੀ ਦੇ ਵਿੱਚ ਦੁੱਧ ਜਿਹੜਾ। ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ। ਸੋ ਬਹੁਤੇ ਵੀਰ ਜਾਣਦੇ ਆ ਕਿ ਆਪਾਂ ਮੱਝ ਦੀ ਤੁਹਾਨੂੰ ਆਪਾਂ ਲਾਈਵ ਮਿਲਕਿੰਗ ਦਿਖਾਉਣ ਲੱਗੇ ਹਾਂ ਦੋਸਤੋ। ਅਤੇ ਜਿਹੜੀ ਇਹ ਬਫੈਲੋ ਦੀ ਮਿਲਕਿੰਗ ਆ ਦੋਸਤੋ, ਇਹ ਦੇਖ ਸਕਦੇ ਹਾਂ ਤੁਸੀਂ ਕਿ ਬਲੱਡ ਜਿਹੜਾ ਹੁੰਦਾ ਨਾ ਦੋਸਤੋ, ਬਲੱਡ ਬਲੱਡ ਹੀ ਹੁੰਦਾ ਆ। ਇਹਨੂੰ ਸੁਬਹਾ ਜਦੋਂ ਜਾਂ ਸ਼ਾਮ ਦੇ ਟਾਈਮ ਚੋਣਾ ਹੁੰਦਾ ਤਾਂ ਇਹਨੇ ਪੱਠੇ ਛੱਡ ਕੇ ਡਿੰਗਣਾ ਸ਼ੁਰੂ ਕਰ ਦੇਣਾ ਕਿ ਮੇਰਾ ਹੁਣ ਟਾਈਮ ਹੋ ਗਿਆ ਤਾਂ ਮੈਨੂੰ ਚੋਲੋ। ਸੋ ਇਹ ਜਿਹੜਾ ਬਲੱਡ ਆ ਦੋਸਤੋ, ਇਹ ਬਹੁਤ ਘੱਟ ਮਿਲਦਾ ਆ, ਕਿਉਂਕਿ ਇਹੀ ਬਲੱਡ ਜਿਹੜੇ ਇਹੀ ਗੁਣ ਆ ਇਹ ਬੱਚਿਆਂ 'ਚ ਆਉਣੇ ਹੁੰਦੇ ਆ। ਅਤੇ ਜੇ ਮਾਂ ਦੇ ਵਿੱਚ ਗੁਣ ਹੈਗੇ ਤਾਂ ਉਹਦੇ ਬੱਚਿਆਂ 'ਚ ਆ ਸਕਦੇ, ਜੇ ਬੱਚਿਆਂ ਦੇ ਵੇਲੇ ਗੁਣ ਫਿਰ ਹੀ ਗਾਂਧੀਆਂ ਮੰਨ ਲਓ ਜਨਰੇਸ਼ਨ 'ਚ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ। ਇਸ ਕਰਕੇ ਇਹ ਕਰਮਾਂ ਵਾਲੀ ਐਡੀ ਕੁ ਚੰਗੀ ਆ ਕਿ ਜਦੋਂ ਇਹਨੂੰ ਆਪਾਂ ਚੋਣਾ ਹੁੰਦਾ ਆ ਤਾਂ ਇਹਨੇ ਡੈਂਗਣਾ ਸ਼ੁਰੂ ਕਰ ਦੇਣਾ ਕਿ ਹੁਣ ਮੇਰੀ ਚਵਾਈ ਦਾ ਟਾਈਮ ਹੋ ਗਿਆ। ਸੋ ਇਹ ਦੋਸਤੋ ਇਹਦੇ ਵਿੱਚ ਸਾਰਿਆਂ ਨੂੰ ਵੱਡਾ ਗੁਣ ਮੈਂ ਮੰਨਦਾ। ਅਤੇ ਹੁਣ ਆਪਾਂ ਇਹਦੀ ਕਰਦੇ ਹਾਂ ਚਵਾਈ, ਸੋ ਦੇਖਦੇ ਹਾਂ। ਲਓ ਵੀ ਦੋਸਤੋ ਹੁਣ ਤੁਹਾਨੂੰ ਆਪਾਂ ਮਿਲਕਿੰਗ ਦਿਖਾਉਣ ਲੱਗੇ ਹਾਂ। ਸੋ ਦੇਖ ਸਕਦੇ ਹਾਂ ਹੁਣ ਇਹਨੂੰ ਆਪਾਂ ਇੱਦਾਂ ਮੂਹਰੇ ਦੇ ਚਾਟ ਸਿੱਟ ਕੇ ਚੋ ਲੈਣਾ ਆ। ਅਤੇ ਜਿਹੜਾ ਪਸ਼ੂ ਚਾਟ ਵਾਲਾ ਹੁੰਦਾ ਦੋਸਤੋ, ਉਹਦੀ ਸਾਰਿਆਂ ਨੂੰ ਵੱਡੀ ਇਹੀ ਖਾਸੀਅਤ ਹੁੰਦੀ ਆ ਕਿ ਲੰਮੇ ਸਮੇਂ ਤੱਕ ਦੁੱਧ ਦੇ ਜਾਂਦਾ। ਕਿਉਂ? ਕਿਉਂਕਿ ਉਹਨੂੰ ਲਾਲਚ ਪਿਆ ਰਹਿੰਦਾ ਵਾ, ਲਾਲਚ ਜਿਹੜਾ ਆ ਲਾਲਚ ਦੇ ਵਿੱਚ ਹੀ ਪਸ਼ੂ ਜਿਹੜਾ ਉਹ ਦੁੱਧ ਦੇ ਜਾਂਦਾ ਆ। ਸੋ ਇਹਦਾ ਜਿਹੜਾ ਲੈਕਟੇਸ਼ਨ ਦਾ ਸਮਾਂ ਆ ਦੋਸਤੋ, ਉਹ 2 ਮਹੀਨੇ ਦੇ ਨੇੜੇ ਆ, ਅਤੇ 1 ਮਹੀਨੇ ਦੇ ਨੇੜੇ ਇਹ ਆਪਾਂ ਗੱਭਣ ਕਰਵਾਈ ਹੋਈ ਆ। ਸੋ ਗੱਭਣ ਵੀ ਬਹੁਤ ਚੰਗੇ ਬੁੱਲ ਤੋਂ ਆ, ਬਾਈ ਗੁਰਮੀਤ ਸਿੰਘ ਤੂਰ ਦੇ ਫਾਰਮ ਤੋਂ ਜਿਹੜਾ ਝੋਟਾ ਆ ਉਹਤੋਂ ਗੱਭਣ ਕਰਾਈ ਆ ਇਹ। ਸੋ ਡਾਇਰੈਕਟ ਕਰੋਸਿੰਗ ਆ ਸ਼ਹਿਨਸ਼ਾਹ ਤੋਂ ਇਹ, ਬਾਕੀ ਕੰਸੀਵ ਕਰ ਗਈ ਆ ਜਾਂ ਨਹੀਂ ਕਰ ਗਈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਆ। ਅਤੇ ਮਿਲਕਿੰਗ ਇਹਦੀ ਦਿਖਾਉਣ ਦਾ ਕਾਰਨ ਇਹ ਸੀਗਾ ਕਿ ਦੋਸਤੋ ਜਿਵੇਂ ਕਈ ਵੀਰ ਦੂਰੋਂ ਦਰੇਡਿਓ ਆਉਂਦੇ ਆ ਅਤੇ ਕਈ ਭੈਣਾਂ ਨੇ ਵੀ ਪਸ਼ੂ ਖਰੀਦਣਾ ਹੁੰਦਾ ਕਿਉਂਕਿ ਔਨਲਾਈਨ ਸਿਸਟਮ ਚੱਲਦਾ ਪਿਆ ਹੈ ਨਾ। ਸੋ ਉਹ ਮਿਲਕਿੰਗ ਫਿਰ ਦੇਖ ਕੇ ਚਵਾਈ ਦੇਖ ਕੇ ਬੰਦੇ ਨੂੰ ਆਉਣਾ ਸੌਖਾ ਹੋ ਜਾਂਦਾ, ਇਸ ਕਰਕੇ ਇਹਦੀ ਦੋਨਾਂ ਟਾਈਮਾਂ ਦੀ ਮਿਲਕਿੰਗ ਆਪਾਂ ਆਪਣੇ ਚੈਨਲ 'ਤੇ ਕਰਨੀ ਆ। ਕਿਉਂਕਿ ਇਹਦੇ ਨਾਲ ਕੀ ਹੋਊਗਾ ਦੋਸਤੋ, ਐਸਟੀਮੇਟ ਵੀ ਲੱਗ ਜੂ ਤੁਹਾਨੂੰ, ਅਤੇ ਇਹਦਾ ਜਿਹੜਾ ਮਿਲਣ ਦਾ ਸਟਾਈਲ ਆ ਜਾਂ ਜਿਹੜੇ ਇਹਦੇ ਗੌਣਾ ਔਗਣਾ ਉਹ ਸਾਰੇ ਤੁਹਾਨੂੰ ਪਤਾ ਲੱਗ ਜਾਣਗੇ ਕਿ ਨੀਲੀ ਰਾਵੀ ਦੇ ਵਿੱਚ ਕੀ ਗੌਣ ਹੁੰਦੇ ਆ ਅਤੇ ਕੀ ਨਹੀਂ। ਹਰ ਇੱਕ ਨੀਲੀ ਰਾਵੀ ਦੇ ਪਿੱਛੇ ਅੱਜ ਕਰੇਜ਼ ਬਣ ਗਿਆ, ਨੀਲੀ ਰਾਵੀ ਹੋਈ ਪਈ ਆ। ਆ ਤੁਸੀਂ ਬਾਲਟੀ ਦੇਖ ਸਕਦੇ ਆ ਬਿਲਕੁਲ ਖਾਲੀ। ਸੋ ਬਸ ਥਣ ਧੋ ਕੇ ਇਹਦੇ ਥੱਲੇ ਇੱਦਾਂ ਹੀ ਬੈਠ ਜਾਣਾ ਅਤੇ ਧਾਰਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ, ਆਪਣੇ ਆਪ ਹੀ ਆ ਜਾਂਦੀ ਆ।
ਆਪਾਂ ਬੱਚਾ ਵੀ ਛੱਡ ਕੇ ਦਿਖਾਵਾਂਗੇ, ਬੱਚੇ 'ਤੇ ਵੀ ਮਿਲਦੀ ਹੈ, ਪਰ ਅਸੀਂ ਬੱਚਾ ਛੱਡਦੇ ਨਹੀਂ, ਬੱਚੇ ਨੂੰ ਬਾਅਦ 'ਚ ਛੱਡ ਦਈਦਾ। ਵੈਸੇ ਬੱਚਾ ਹੁਣੇ ਤਾਂ ਪੱਠੇ ਖਾਂਦਾ ਆ, ਕੱਟਾ ਆ, ਮਗਰ ਅਤੇ ਜਿੱਦਾਂ ਤੁਸੀਂ ਚੋਣਾਂ 'ਚੋਂ ਮਿਲਦੀ ਹੈ ਕਰਮ ਵਾਲੀ। ਬਾਕੀ ਤੁਸੀਂ ਦੇਖ ਹੀ ਲਿਆ ਵਾ ਵੀਡੀਓ ਦੇ ਸ਼ੁਰੂ ਦੇ ਵਿੱਚ ਕਿ ਇਹ ਜਦੋਂ ਇਹਦਾ ਟਾਈਮ ਹੋ ਜਾਂਦਾ ਆ ਤਾਂ ਇਹ ਡਿੰਗਣਾ ਸ਼ੁਰੂ ਕਰ ਦਿੰਦੀ ਕਿ ਚੋਲੋ। ਜਿਹੜਾ ਇਹ ਗੁਣ ਹੁੰਦੇ ਆ ਦੋਸਤੋ, ਇਹ ਗੁਣ ਬਹੁਤ ਘੱਟ ਪਹਿੂਆਂ 'ਚ ਹੁੰਦੇ ਆ। ਜਿੱਦਾਂ ਬਜ਼ੁਰਗਾਂ ਦੇ ਟਾਈਮ ਤੋਂ ਅਸੀਂ ਜੋ ਮੈਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਉਹਨਾਂ ਦੇ ਕਹਿਣ ਮੁਤਾਬਕ ਕਿ ਇੱਕ ਆਵਤ ਆ ਮਾਂ ਪਰ ਧੀ ਪਿਤਾ ਪਰ ਘੋੜਾ, ਕਿ ਬਹੁਤਾ ਨਹੀਂ ਅਤੇ ਥੋੜ੍ਹਾ ਥੋੜ੍ਹਾ। ਸੋ ਉਹ ਜਿਹੜੀ ਗੱਲ ਆ ਦੋਸਤੋ ਇਹ ਆ ਵੀ ਮਾਂ ਅਤੇ ਪਿਓ ਦੇ ਜਿਹੜੇ ਗੁਣ ਹੁੰਦੇ ਉਹ ਬੱਚੇ 'ਚ ਆਉਣੇ ਹੀ ਆਉਣੇ ਆ। ਸੋ ਉਹਨਾਂ ਦੀਆਂ ਗੱਲਾਂ ਕਈਆਂ ਜਿਹੜੇ ਤੱਤ ਬਜ਼ੁਰਗਾਂ ਦੀਆਂ ਗੱਲਾਂ ਕਈਆਂ ਸਿਆਣਿਆਂ ਦੀਆਂ ਕਈਆਂ ਉਹ ਐਵੇਂ ਨਹੀਂ, ਉਹ ਜਮਾਈਆਂ ਹੁੰਦੀਆਂ ਲਾਈਫ ਦੇ ਵਿੱਚ ਫਿਰ ਕਹਿੰਦੇ ਆ। ਸੋ ਜਿੱਦਾਂ ਹੁਣ ਆਹ ਦੇਖੋ ਤੁਸੀਂ, ਇੱਕ ਮਿੰਟ ਤੋਂ ਪਹਿਲਾਂ ਇਹਨੇ ਦੁੱਧ ਥਲਾਂ ਚਲਾ ਲਿਆ ਵਾ ਅਤੇ ਜਿੱਦਾਂ ਹੁਣ ਇਹਦੇ ਥੱਲੇ ਇਸ ਟਾਈਮ ਕੱਟਾ ਆ, ਕੱਲ੍ਹ ਨੂੰ ਬਰੀਡਿੰਗ 'ਤੇ ਤੁਸੀਂ ਮੰਨ ਲਓ ਇਹਦੇ ਆਪਾਂ ਰੱਖਦੇ ਹਾਂ ਨਾ, ਜਿਵੇਂ ਹੁਣ ਮੈਂ ਮੀਟ ਕਰਾ ਕੇ ਲਿਆਇਆ ਸ਼ਹਿਨਸ਼ਾਹ ਨਾਲ, ਅਤੇ 60-40 ਦਾ ਗੇੜ ਹੁੰਦਾ ਵਾ ਦੋਸਤੋ। 60-40 ਦਾ ਗੇੜ ਇਹ ਹੁੰਦਾ ਵੀ ਜੇ ਤਾਂ ਕੱਟਾ ਲਾਉਂਦੀ ਆ ਤਾਂ ਉਹਦੇ ਵਿੱਚ 60% ਗੁਣ ਜਿਹੜੇ ਮੰਨ ਲਓ ਸਾਹਣ ਵਾਲੇ ਅਤੇ 40% ਗੁਣ ਜਿਹੜੇ ਉਹ ਮੱਝ ਵਾਲੇ ਆਉਣਗੇ। ਅਤੇ ਜੇ ਇਹ ਕੱਟੀ ਲਾਉਂਦੀ ਆ ਤਾਂ ਫਿਰ ਦੋਸਤੋ 60% ਇਹਦੇ ਅਤੇ 40% ਸਾਹਣ ਵਾਲੇ। ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਵਾ ਦੋਸਤੋ, ਇਹ ਸਿਆਣਿਆਂ ਦੀਆਂ ਬਜ਼ੁਰਗਾਂ ਦੀਆਂ ਕਈਆਂ ਇਹ ਅਜਮਾਈਆਂ ਹੁੰਦੀਆਂ ਲਾਈਫ 'ਚ। ਸੋ ਇਸੇ ਕਰਕੇ ਜਿਵੇਂ ਹੁਣ ਇਹ ਕੱਲ੍ਹ ਨੂੰ ਕੱਟੀ ਦੇਊਗੀ ਤਾਂ ਉਹਦੇ ਵਿੱਚ ਇਹਦੇ ਗੁਣ ਜਿਹੜੇ 60% ਤਾਂ ਆਉਣੇ ਆਉਣੇ ਹੀ ਆ, ਵੱਧ ਆ ਜਾਣ ਤਾਂ ਉਹ ਕਹਿ ਨਹੀਂ ਸਕਦੇ। ਜਿਵੇਂ ਮਿਲਣਾ, ਠੰਡਾ ਸੀਲਪਨ, ਖੜੈਂਕੇ ਮਿਲਣਾ, ਇੱਕ ਥਾਂ ਖੜ ਕੇ ਮਿਲਣਾ, ਸੋ ਇਹ ਗੁਣ ਜਿਹੜੇ ਆ ਇਹ ਹਰ ਇੱਕ ਪਸ਼ੂ 'ਚ ਨਹੀਂ ਆਉਂਦੇ ਦੋਸਤੋ। ਇਹਦੇ ਥੱਲੇ ਦੁੱਧ 11-12 ਦੇ ਵਿੱਚ ਆ, ਪਰ ਆਪਾਂ 10 ਲੀਟਰ ਹੀ ਦੱਸਿਆ ਸੀ ਪਹਿਲਾਂ ਵੀ ਵੀਡੀਓ 'ਚ, ਅਤੇ 10 ਹੀ ਅੱਜ ਵਾਲੀ 'ਚ ਦੱਸਾਂਗੇ। ਕਿਉਂਕਿ ਕਈ ਵਾਰ ਕੀ ਹੁੰਦਾ ਦੋਸਤੋ, ਇੱਥੋਂ 200 ਕਿਲੋਮੀਟਰ 150 ਕਿਲੋਮੀਟਰ ਵਾੰਡ ਜਦੋਂ ਪਸ਼ੂ ਜਾਂਦਾ ਆ ਤਾਂ 1-1.5 ਕਿਲੋ ਦੁੱਧ ਘਟੂਗਾ ਹੀ ਘਟੂਗਾ। ਕਿਉਂਕਿ ਸਫ਼ਰ ਦੇ ਵਿੱਚ ਜਦੋਂ ਪਸ਼ੂ ਜਾਂਦਾ ਉਦੋਂ ਫਿਰ ਥਕਾਵਟ ਮਹਿਸੂਸ ਕਰ ਹੀ ਜਾਂਦਾ ਕਈ ਵਾਰ। ਬਾਕੀ ਇਹ 'ਚ ਜਿਹੜਾ ਬਲੱਡ ਆ ਦੋਸਤੋ, ਪੱਟੀ ਬਲੱਡ ਦੀ ਮੱਝ ਆ, ਅਤੇ ਬਲੱਡ 2 ਆ ਇਹਦੇ 'ਚ, ਇੱਕ ਇਹਨੂੰ ਸਰਕਾਰੀ ਸੀਮਨ ਦਾ ਵੀ ਪੱਖ ਹੈਗਾ ਵਾ। ਸੋ ਉਹ ਤੁਸੀਂ ਆਪਦੀ ਸਮਝ ਨਾਲ ਦੇਖ ਕੇ ਇਹਨੂੰ ਖਰੀਦ ਸਕਦੇ ਹਾਂ ਨਾ। ਸਾਰੇ ਹੀ ਭਰਾ ਵਾ ਬੜੇ ਸਿਆਣੇ ਆ, ਸੂਝਵਾਨ ਆ, ਜਿਹੜੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਆ। ਬਾਕੀ ਇਹਨੇ ਜਿਹੜਾ ਕੱਟਾ ਦਿੱਤਾ ਦੋਸਤੋ, ਬਿਲਕੁਲ ਜਾਇਜ਼ ਜੀ ਮਾਰਕਿੰਗ 'ਚ ਦਿੱਤਾ ਸੀ, ਮੱਥੇ ਬਾਹਲਾ ਪਿਛਲੇ ਪੈਰ ਹੀ ਉਹਦੇ ਚਿੱਟੇ ਆ। ਮੈਂ ਇਹਨੂੰ ਤਾਂ ਖਰੀਦਿਆ ਕਿਉਂਕਿ ਇਹ ਬਰੀਡਿੰਗ 'ਤੇ ਕੰਮ ਬਹੁਤ ਵਧੀਆ ਕਰ ਸਕਦੀ, ਕਿਉਂਕਿ ਬੱਚੇ ਜ਼ਿਆਦਾਤਰ ਸਾਂਭ 'ਤੇ ਪਾਉਂਦੀ ਆ। ਸੋ ਤੀਜਾ ਸੂਆ ਆਪਾਂ ਨੂੰ ਦੱਸਿਆ ਗਿਆ, ਆਪਾਂ ਖਰੀਦ ਕੇ ਲਿਆਂਦੀ ਆ ਦੋਸਤੋ।
ਬਾਕੀ ਤੁਸੀਂ ਦੇਖ ਸਕਦੇ ਆ ਇਹਦੀ ਪੂਰੀ ਮਿਲਕਿੰਗ ਜਿਹੜੀ ਤੁਹਾਨੂੰ ਆਪਾਂ ਕਰਕੇ ਦਿਖਾਉਣੀ ਆ। ਚਵਾਈ ਜਿਵੇਂ ਕੂਟੀ ਚੱਲਦੀ ਹੁੰਦੀ ਇੱਦਾਂ ਦੀ ਚਵਾਈ ਆ ਦੋਸਤੋ, ਮੋਟੀ ਅਤੇ ਥਣ ਪੀੜ੍ਹੀ ਦੇ ਪਾਵੇ ਵਰਗੇ ਚਾਰੇ ਅਕੜਾਜ ਮਾਰਦੀ ਹੈ ਜਦੋਂ ਇਹ ਪਸਮਾ ਕਰਦੀ ਆ। ਸੋ ਬਿਲਕੁਲ ਮੁੱਠੀ ਵਾਲਾ ਥਣਾ, ਕਿਉਂਕਿ ਜਿਹੜਾ ਆਹ ਮੁੱਠੀ ਵਾਲਾ ਥਣ ਹੁੰਦਾ ਦੋਸਤੋ ਇਹ ਕਦੇ ਖਰਾਬ ਨਹੀਂ ਹੁੰਦਾ। ਜਿਹੜਾ ਲੰਮਾ ਥਣ ਜਾਂ ਤੋਰੀ ਥਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਥਣ ਜ਼ਿਆਦਾਤਰ ਖਰਾਬ ਹੋ ਜਾਂਦੇ ਆ, ਕਈ ਵਾਰੀ ਮਸਟੈਟਿਕ ਦਾ ਵੀ ਸ਼ਿਕਾਰ ਹੋ ਜਾਂਦੇ ਆ। ਜਿਹੜਾ ਆਹ ਮੁੱਠੀ ਵਾਲਾ ਥਣ ਆ ਇਹ ਪਸ਼ੂ ਭਲਾ ਦਾਸੂ ਏ ਆਪਾਂ ਘਰ ਚੋਲੀਏ ਤਾਂ ਇਹ ਕਦੇ ਵੀ ਖਰਾਬ ਨਹੀਂ ਹੁੰਦੇ। ਇਹਦੇ ਪਿੱਛੇ ਕਾਰਨ ਇਹ ਹੁੰਦਾ ਕਿ ਇਹਨਾਂ ਦੀ ਜਿਹੜੀ ਬਣਾਵਟ ਆ ਉਹ ਹੱਥ ਤੱਕ ਹੀ ਰਹਿੰਦੀ ਆ ਪਸਮਾ ਕਰਕੇ ਮੁੱਠੀ ਤੱਕ। ਸੋ ਇਹ ਚੀਜ਼ ਮੈਂ ਜ਼ਰੂਰ ਧਿਆਨ 'ਚ ਲਿਆਤੀ ਹੈ ਤੁਹਾਡੇ। ਜਿੰਨਾ ਮੁੱਠੀ ਵਾਲਾ ਥਣ ਹੋਊਗਾ ਦੋਸਤੋ ਉਨਾ ਹੀ ਥਣ ਕਾਮਯਾਬ ਰਹੂਗਾ। ਬਾਕੀ ਇੱਕ ਮਹੀਨੇ ਦੇ ਨੀਅਰ ਅਬਾਊਟ ਇਹਨੂੰ ਬਣੀ ਨੂੰ ਹੋ ਗਿਆ ਦੋਸਤੋ। ਉਹ ਹੁਣ ਤੁਸੀਂ ਐਸਟੀਮੇਟ ਲਾ ਲਿਓ ਵੀ ਇਹ ਕਨਸੀਵ ਕਰ ਗਈ ਹੋਊ ਕਿ ਨਹੀਂ ਕਰ ਗਈ ਹੋਊ। ਉਸ ਤੋਂ ਬਾਅਦ ਇਹਨੇ ਸਿੱਟਿਆ ਤਾਂ ਕੁਛ ਨਹੀਂ ਦੋਸਤੋ, ਨਾ ਹੀ ਇਹਨੇ ਰਿਪੀਟ ਕੀਤਾ। ਬਾਕੀ ਕਰੋਸਿੰਗ ਦੀਆਂ ਤੁਹਾਨੂੰ ਫੋਟੋਆਂ ਮਿਲ ਜਾਣਗੀਆਂ ਦੋਸਤੋ। ਰਾਤੀ ਦੁੱਧ ਜਿਹੜਾ 5-5.5 ਕਿਲੋ ਦੇ ਕਰੀਬ ਸੀਗਾ ਅਤੇ ਆਹ ਦੁੱਧ 6 ਕਿਲੋ ਤੋਂ ਬਾਹਰ ਆ ਦੋਸਤੋ ਪਲਾਂ ਦੀ। ਤੁਸੀਂ 2-3 ਟਾਈਮ ਚਵਾਈ ਕਰ ਲਓ। ਆਪਾਂ ਗੱਲ ਉਨੀ ਕੁ ਕੀਤੀ ਆ ਦੋਸਤੋ ਜਿੰਨੀ ਕੁ ਗੱਲ ਹੋਵੇ, ਹਵਾ 'ਚ ਤੀਰ ਨਾ ਮਾਰੇ ਆ ਨਾ ਮਾਰਨੇ ਆ, ਹੈ ਨਾ। ਸੋ ਚਲੋ ਅੱਜ ਦੇ ਬੱਚੇ ਨੂੰ ਛੱਡ ਦਿੰਦੇ ਹਾਂ ਕਿਉਂਕਿ ਉਹਨੇ ਨਹੀਂ ਤਾਂ ਫਿਰ ਡੈਂਗਦੇ ਰਹਿਣਾ ਸਾਰੀ ਦਿਹਾੜੀ। ਵੈਸੇ ਦੁੱਧ ਇਹ 6.5 ਕਿਲੋ ਦੇ ਕਰੀਬ ਹੋਊਗਾ। ਸੋ 11 ਤੋਂ ਬਾਹਰ ਆ ਦੁੱਧ ਆਪਾਂ ਦੱਸ ਤਾਂ ਕਹਿੰਦੇ ਹਾਂ ਕਿ ਕਈ ਵਾਰ ਕੀ ਹੁੰਦਾ। ਸੋ ਕਈ ਵਾਰ ਕੀ ਹੁੰਦਾ ਦੋਸਤੋ ਵੀ ਦੂਰ ਜਦੋਂ ਪਸ਼ੂ ਜਾਂਦਾ ਵਾ ਤਾਂ ਉਦੋਂ ਥੋੜ੍ਹੀ ਜਿਹੀ ਦਿੱਕਤ ਆ ਜਾਂਦੀ ਹੈ, ਕਈ ਵਾਰੀ ਦੁੱਧ ਘੱਟ ਜਾਂਦਾ। ਸੋ ਆਹ ਤੁਸੀਂ ਦੇਖ ਸਕਦੇ ਆ ਵੱਡੀ ਬਾਲਟੀ ਦੇ ਵਿੱਚ ਦੁੱਧ ਜਿਹੜਾ ਪਾਇਆ ਹੋਇਆ ਇਹਦਾ, ਅਤੇ
ਦੁੱਧ 6.5 ਕਿਲੋ ਦੇ ਕਰੀਬ ਆ ਇਹ। ਆ ਲੈ ਜਾਓ ਚੱਕ ਕੇ। ਅਤੇ ਬਾਕੀ ਜਿਵੇਂ ਇਹਦੇ ਆ ਵਾਈਟ ਛੋਰਾ ਜਿਹਾ ਆਇਆ ਪਿਆ ਤੁਸੀਂ ਦੇਖ ਸਕਦੇ ਹੋ ਸਕਦਾ ਮੰਨ ਲਓ ਕੰਸੀਵ ਕਰ ਗਈ ਹੋਵੇ, ਤਾਂ ਤੁਸੀਂ ਆਪਦੀ ਸੂਝ ਬੂਝ ਨਾਲ ਦੋਸਤੋ ਇਹਨੂੰ ਖਰੀਦ ਸਕਦੇ ਆ। ਅਤੇ ਆਹ ਦੋਸਤੋ ਇਹਦੇ ਮਗਰ ਕੱਟਾ ਆ, ਬੱਚਾ ਇਹ ਸਾਣ 'ਤੇ ਲਾਉਂਦੀ ਆ ਦੋਸਤੋ, ਸੋ ਇਹ ਵੀ ਇੱਕ ਖਾਸੀਅਤ ਇਹਦੀ, ਜਿੱਦਾਂ ਦੇ ਸਾਣ ਨਾਲ ਤੁਸੀਂ ਇਹਨੂੰ ਮੇਟ ਕਰਾਉਂਗੇ ਸੋ ਉੱਦਾਂ ਦਾ ਬੱਚਾ ਇਹ ਪਾ ਜਾਂਦੀ ਆ ਕਰਮਾਂ ਵਾਲੀ। ਸੋ ਚੱਲ ਵੀ ਭਰਵਾਉਣਾ। ਸੋ ਬੱਚੇ ਨੂੰ ਪਹਿਲਾਂ ਛੱਡ ਲਓ ਮਗਰੋਂ ਛੱਡ ਲਓ, ਉਹ ਕੋਈ ਦਿੱਕਤ ਨਹੀਂ ਦੋਸਤੋ, ਤੁਹਾਡੀ ਆਪਦੀ ਥਿੰਕਿੰਗ ਆ ਤੁਸੀਂ ਕਿੱਦਾਂ ਚੋਣਾ ਇਹਨੂੰ। ਬਾਕੀ ਸਾਹਮਣੇ ਦੇਖ ਸਕਦੇ ਹਾਂ ਤੁਸੀਂ ਜਿਹੜੀ ਮਿਲਕਿੰਗ ਆਪਾਂ ਕਰ ਲਈ ਇਹਦੀ, ਜੇ ਕਿਸੇ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਲਿਓ ਦੋਸਤੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇ ਨਾਲ ਜੁੜੇ ਰਹਿਣ ਲਈ। ਸੋ ਵੀਡੀਓ ਨੂੰ ਹੁਣ ਆਪਾਂ ਸਮਾਪਤੀ ਕਰਦੇ ਹਾਂ, ਸੋ ਕਿਉਂਕਿ ਜ਼ਿਆਦਾ ਲੰਮੀ ਵੀਡੀਓ ਵੀ ਫਿਰ ਕਈ ਵੀਰ ਕਹਿ ਦਿੰਦੇ ਆ ਕਿ ਨਹੀਂ ਦੇਖੀ ਨਹੀਂ ਜਾਂਦੀ। ਸੋ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਵਾ ਦੋਸਤੋ, ਜਿਹੜਾ ਬਲੱਡ ਬਲੱਡ ਹੀ ਹੁੰਦਾ, ਮਾਂ ਵਾਲੇ ਗੁਣ ਹੀ ਬੱਚਿਆਂ 'ਚ ਆਉਣੇ ਹੁੰਦੇ, ਕਦੇ ਵੀ ਪਸ਼ੂ ਵੇਚਣ ਲੱਗੇ ਜਾਂ ਖਰੀਦਣ ਲੱਗੇ ਤਾਂ ਬਿਲਕੁਲ ਨਾ ਕਾਹਲੀ ਕਰਿਆ ਕਰੋ। ਵੇਚਣ ਲੱਗੇ ਚਲੋ ਜਿੱਦਾਂ ਵੀ ਤੁਹਾਨੂੰ ਵਧੀਆ ਮੰਨ ਲਓ ਪੇਮੈਂਟ ਮਿਲਦੀ ਆ ਤੁਸੀਂ ਸੇਲ ਕਰ ਸਕਦੇ ਆ, ਪਰ ਇਹ ਚੀਜ਼ਾਂ ਜਿਹੜੀਆਂ ਬਲੱਡ ਜ਼ਰੂਰ ਦੇਖਿਆ ਕਰੋ ਕਿੰਨਾ ਠੰਡਾ ਬਲੱਡ ਆ, ਜਿੰਨਾ ਠੰਡਾ ਬਲੱਡ ਉਨੇ ਹੀ ਗਾਂ ਬੱਚੇ ਚੰਗੇ। ਸੋ ਧੰਨਵਾਦ ਦੋਸਤੋ, ਜਿਉਂਦੇ ਵਸਦੇ ਰਹੋ ਪੰਜਾਬੀਓ।